मुक्तसर बस एक्सीडेंट की नवी अपडेट लैके तुहाडे सामने हाजिर हाँ। 19 तरीक दिन मंगलवार जो वड़िंग टोल प्लाजा नेड़े एक्सीडेंट होया सी, जिस विच बस यात्रियों का बहुत वड्डा नुकसान होया सी। जिस बस का एक्सीडेंट होया सी उसके मालक वालों खुलासे किए, कहिंदे असी सहायता नहीं दे सकते। डिंपी ढिल्लो की जबानी सुनो उत्थों की रिपोर्ट। प्रेस कॉन्फ्रेंस तां इह है जी कि सारे प्रेस वाले भरावां दे टैलीफोन आ रहे सी कि इस हादसे बारे असीं जानकारी लैनी है जी, ते मैं फिर कल्ले कल्ले नूं जानकारी दे दी जाए। मैं कहा चलो सारे तुसीं आ जाओ जी, सारयां नूं ही असीं जो ये हादसा होया दस्सांगे। मेन मकसद है यही है जी इस प्रेस कॉन्फ्रेंस। ਡਰਾਈਵਰ ਕਨੈਕਟਰ ਕਿਵੇਂ ਨੇ, ਕੀ ਹਾਲਤ? ਡਰਾਈਵਰ ਤੇ ਕਨੈਕਟਰ ਬਿਲਕੁਲ ਠੀਕ ਆ ਜੀ। ਸੱਟਾਂ ਡਰਾਈਵਰ ਦੇ ਵੀ ਵੱਜੀਆਂ ਸੀ, ਕਾਫੀ ਸੱਟਾਂ ਕਨੈਕਟਰ ਦੇ ਵੀ ਵੱਜੀਆਂ ਸੀ, ਪਰ ਠੀਕ ਸੀ। ਉਹਨਾਂ ਦੋਨਾਂ ਨੂੰ ਅਸੀਂ ਥੋੜ੍ਹੀ ਬਹੁਤੀ ਟ੍ਰੀਟਮੈਂਟ ਉਹਨਾਂ ਦੀ ਕਰਾ ਕੇ ਹੋਸਪਿਟਲ ਦੇ ਵਿੱਚੋਂ ਪੁਲਿਸ ਸਟੇਸ਼ਨ ਦੇ ਵਿੱਚ ਉਹਨਾਂ ਨੂੰ ਪੇਸ਼ ਕਰਿਆ ਤਾ ਜੀ। ਦੋਨੇ ਅੱਜ ਕੱਲ੍ਹ ਉੱਥੇ ਬਰੀ ਵਾਲੇ ਪੁਲਿਸ ਸਟੇਸ਼ਨ ਦੇ ਵਿੱਚ। ਕਨੈਕਟਰ ਨੇ ਦੱਸਿਆ ਹੋਇਆ ਕਿੰਨੀਆਂ ਸਵਾਰ ਗਏ ਸੀ ਟੋਟਲ? ਜੀ 35 ਸਵਾਰੀਆਂ ਸੀ ਜੀ, ਜਿਹੜਾ ਮਤਲਬ ਕਿ ਸਾਨੂੰ ਕਨੈਕਟਰ ਦੱਸਦਾ। 20 ਟਿਕਟਾਂ ਕੱਟੀਆਂ ਸੀ, ਕੁਛ ਕਹਿੰਦਾ ਜਿਵੇਂ ਦੀਆਂ ਕੱਟਣ ਵਾਲੀਆਂ ਰਹਿੰਦੀਆਂ ਸੀ ਜਦੋਂ ਹਾਦਸਾ ਵਾਪਰਿਆ। ਇੱਕ ਸਵਾਲ ਵੀ ਉਠਾਏ ਜਾ ਰਹੇ ਆ ਜਿਵੇਂ ਬੀਮੇ ਨੂੰ ਲੈ ਕੇ ਕਹਿਣਗੇ ਜਾਂ ਕਹਿੰਦੇ ਓਵਰ ਸਪੀਡ ਹੈ, ਇਹ ਤੁਹਾਡਾ ਕੀ ਕਹਿਣਾ? ਸਭ ਤੋਂ ਪਹਿਲਾਂ ਮੈਂ ਤੁਹਾਡਾ ਜਵਾਬ ਦੇਵਾਂਗਾ ਜੀ ਬੀਮੇ ਵਾਲਾ। ਇਹਦੇ 'ਚ ਇੱਕ ਚੀਜ਼ ਆ ਜੀ, ਮੈਨੂੰ ਇਸ ਗੱਲ ਦੀ ਸਮਝ ਨਹੀਂ ਆ ਰਹੀ ਵੀ ਕਿ ਜੀ ਬੜੀਆਂ ਕੱਲ੍ਹ ਆਪਣਾ ਮੀਡੀਆ ਵਾਲਿਆਂ ਨੇ ਜਿਹੜੇ ਕਿ ਅਨਆਥੋਰਾਈਜ਼ਡ ਆ, ਪਹਿਲੀ ਗੱਲ ਤਾਂ ਮੈਨੂੰ ਸਵਾਲ ਹੀ ਨਹੀਂ ਕਰ ਸਕਦੇ, ਦੇ ਆਰ ਨੋਟ ਆਥੋਰਾਈਜ਼ਡ। ਪਰ ਚਲੋ ਫਿਰ ਵੀ ਬਜਾਏ ਕਿ ਹਮਦਰਦੀ ਕਰਨ ਦੇ, ਇਹ ਪੁੱਛਣ ਦੇ ਵੀ ਬਾਈ ਜੀ ਸਾਰੇ ਸਾਰੀਆਂ ਸਵਾਰੀਆਂ ਸੇਫ ਆ, ਤੁਹਾਡਾ ਡਰਾਈਵਰ ਕਨੈਕਟਰ ਠੀਕ ਆ, ਕਿੰਨਾ ਕੁ ਨੁਕਸਾਨ ਹੋ ਗਿਆ, ਅਸੀਂ ਬੜੇ ਇਸ ਗੱਲ ਨੂੰ ਲੈ ਕੇ ਫਿਕਰਮੰਦ ਆ, ਇਹ ਇਹ ਗੱਲ ਨਹੀਂ ਪੁੱਛੀ ਉਹਨਾਂ ਨੇ ਸਿੱਧਾ ਹੀ ਡਾਇਰੈਕਟ। ਬਾਈ ਅਸੀਂ ਸੁਣਿਆ ਗੱਡੀ ਦੀ ਫਿਟਨੈਸ ਹੈ ਨਹੀਂ, ਬਾਈ ਅਸੀਂ ਸੁਣਿਆ ਗੱਡੀ ਦਾ ਬੀਮਾ ਹੈ ਨਹੀਂ। ਮੈਂ ਕਿਹਾ ਤੁਹਾਨੂੰ ਕਾਹਦਾ ਫਿਕਰ ਹੈ? ਜੇ ਸਾਡੀ ਬੱਸ ਦਾ ਬੀਮਾ ਹੈ ਨਹੀਂ, ਸਪੋਜ਼ ਕਰੋ ਹੈ ਨਹੀਂ, ਤੇ ਕੋਰਟ ਸਾਨੂੰ ਕਲੇਮ ਪਾ ਦੂਗੀ? ਜੇ ਸਾਡੇ ਕੋਲ ਫਿਟਨੈਸ ਹੈ ਨਹੀਂ ਤਾਂ ਕੋਰਟ ਸਾਨੂੰ ਕਲੇਮ ਪਾ ਦੂਗੀ? ਇਹ ਕੰਮ ਤਾਂ ਮਾਣਯੋਗ ਅਦਾਲਤਾਂ ਦਾ, ਇਹਨਾਂ ਨੂੰ ਕਾਹਦੀ ਟੈਨਸ਼ਨ ਹੋਈ ਪਈ ਆ? ਮੈਨੂੰ ਇਹ ਸਮਝ ਨਹੀਂ ਆਉਂਦੀ। ਜਿਉਂ ਕੱਲ੍ਹ ਤੇ ਇਸੇ ਗੱਲ ਨੂੰ ਹੀ ਬਿਲਕੁਲ ਲੈ ਕੇ ਚੱਕੀ ਆਉਂਦੇ ਵੀ ਜੇ ਹੈ ਨਹੀਂ, ਸਪੋਜ਼ ਕਰੋ ਸਾਡੇ ਕੋਲ ਕੁਛ ਨਾ ਹੋਇਆ, ਤੇ ਮਾੜੀ ਉਹ ਕੋਰਟ ਸਾਨੂੰ ਕਲੇਮ ਪਾ ਦੂਗੀ ਰਾਜੇ? ਇਸ ਗੱਲ ਦਾ ਕਿਉਂ ਇਸ਼ੂ ਬਣਾਇਆ ਗਿਆ ਬੇਟਾ? ਬਸ ਇਹ ਕੀ ਇਸ਼ੂ ਵਾਲੀ ਗੱਲ ਆ? ਜੇ ਸਾਨੂੰ ਪਾਓਗੀ ਅਸੀਂ ਪੈਸੇ ਦੇ ਦਾਂਗੇ। ਕੋਈ ਲੱਗਦਾ ਪੋਲੀਟੀਕਲ ਮੋਟਿਵ? ਕੋਈ ਨਹੀਂ, ਕੋਈ ਪੋਲੀਟੀਕਲ ਮੋਟਿਵ ਨਹੀਂ ਜੀ। ਕੁਛ ਬੰਦੇ ਇਹੋ ਜਿਹੇ ਹੁੰਦੇ ਆ, ਕਿਸੇ ਪੋਲੀਟੀਕਲ ਬੰਦੇ ਨੇ ਇੱਕ ਨੇ ਵੀ ਕੋਈ ਵੀ ਨੈਗੇਟਿਵ ਸਟੇਟਮੈਂਟ ਨਹੀਂ ਦਿੱਤੀ, ਇਸ ਗੱਲ ਨੂੰ ਕੋਈ ਪੋਲੀਟੀਕਲ ਰੰਗਤ ਨਹੀਂ ਦਿੱਤੀ। ਮੈਂ ਸਮਾਂ ਦੀ ਧੰਨਵਾਦ ਕਰਦਾ ਐਕਸੀਡੈਂਟ ਨੂੰ, ਐਕਸੀਡੈਂਟ ਮੰਨ ਕੇ ਹੀ ਲਿਆ ਸਭ ਨੇ। ਆਮ ਆਦਮੀ ਪਾਰਟੀ ਦੇ ਵੀ ਲੀਡਰ ਸਾਹਿਬਾਨ ਆਏ ਸੀ, ਸਰਦਾਰ ਗੁਰਮੀਤ ਸਿੰਘ ਖੁੱਟੀਆ ਸਾਹਿਬ, ਆਪਣਾ ਮੰਤਰੀ ਜੀ ਆਏ ਸੀ, ਸਾਡੀ ਭੈਣ ਬਲਜੀਤ ਕੌਰ ਵੀ ਆਏ ਸੀ, ਆਪਣਾ ਕਾਕਾ ਜੀ ਮੁਕਤਸਰ ਵਾਲੇ MLA ਸਾਹਿਬ ਉਹ ਵੀ ਆਏ ਸੀ। ਸਭ ਨੇ ਇਸ ਗੱਲ ਦਾ ਮਤਲਬ ਕਿ ਦੁੱਖ ਮਨਾ ਕੇ ਗਏ ਆ, ਬਜਾਏ ਕਿ ਕੋਈ ਇਹੋ ਜਿਹੀ ਸਿਆਸਤ ਖੇਡਣ ਦੇ। ਔਰ ਮੇਰੇ ਜਿਹੜੇ ਖਾਸ ਵਿਰੋਧੀ ਆ ਉਹਨਾਂ ਦਾ ਵੀ ਬਿਆਨ ਇਹੀ ਹੈ ਵੀ ਐਕਸੀਡੈਂਟ ਹੋਇਆ, ਮੇਰੀ ਦੁੱਖ, ਮੇਰੀ ਆਪਣਾ ਹਮਦਰਦੀ ਆ ਮੇਰੀ ਉਹਨਾਂ ਨਾਲ ਜਿਹਨਾਂ ਦੇ ਪਰਿਵਾਰਾਂ ਦੇ ਜੀ ਚਲੇ ਗਏ। ਮਤਲਬ ਕਿ ਕੋਈ ਵੀ ਇਹੋ ਜਿਹੀ ਰੰਗਤ ਨਹੀਂ ਦਿੱਤੀ। ਇਹ ਤਾਂ ਸਿਰਫ ਕੁਛ ਮੀਡੀਆ ਵਾਲੇ ਇਹੋ ਜਿਹੇ ਹੁੰਦੇ ਆ ਜਿਹਨਾਂ ਨੇ ਆਪਦੀ TRP ਕ੍ਰੀਏਟ ਕਰਨੀ ਹੁੰਦੀ ਆ, ਉਹ ਇਹੋ ਜਿਹੀ ਗਲਤ ਹਰਕਤਾਂ ਕਰਦੇ ਆ ਵੀ ਕੋਈ ਨਾ ਕੋਈ ਵਿੱਚੋਂ ਮਸਾਲਾ ਤੇ ਆਵੇ ਕਿ ਅਸੀਂ ਗੱਲ ਬਣਾਈ। ਤਹਿਕੀਕਾਤ ਕੀਤੀ ਵੀ ਅਸਲ ਹਾਦਸੇ ਦਾ ਕਾਰਨ ਕੀ ਬਣਿਆ। ਮੈਂ ਤਾਂ ਵੈਸੇ ਜਦੋਂ ਸਾਡੀ ਟਰਾਂਸਪੋਰਟ ਕੰਪਨੀ ਦੀ ਬੱਸ ਤੋਂ ਐਡਾ ਵੱਡਾ ਹਾਦਸਾ ਹੋਇਆ ਜੀ, ਮੈਂ ਤਾਂ ਆਪ ਇਸ ਗੱਲ ਨੂੰ ਮੰਨਦਾ ਜੀ, ਕਬੂਲ ਕੀਤਾ ਵੀ ਹਾਂ ਜੀ ਸਾਡੇ ਤੋਂ ਹੋਇਆ, ਸਾਡੀ ਗਲਤੀ ਆ, ਅਸੀਂ ਇਸ ਗੱਲ ਦੇ ਗੁਨਾਹਗਾਰ। ਪਰ ਐਕਚੁਅਲ ਹਾਦਸੇ ਦਾ ਕਾਰਨ ਇਹ ਬਣਿਆ ਜੀ, ਸੜਕ ਉੱਥੋਂ ਘੱਟੋ ਘੱਟ 7-8 ਫੁੱਟ ਚੌੜੀ ਆ, ਜਦੋਂ ਆਪਾਂ ਉਸ ਪੁਲ ਤੋਂ ਪਹਿਲਾਂ ਵੀ ਤੇ ਉਸ ਪੁਲ ਤੋਂ ਬਾਅਦ ਵੀ ਬੜੀ ਵੱਡੀ ਰੋਡ ਆ ਜੀ।
बारिश ज्यादा होने करके है जी, जहां आप रात को भी जाइए तो आप एक रोड की कन्नी पकड़ लेते हैं, आप नाल नाल हौली हौली तुरे जाते हैं। वो बारिश होने करके बस के अगे कार जा रही थी, कार के पिछे बस जा रही थी, आपदिया दोनों साइड से जा रही थी, आराम ना जा रही थी, कोई कोई ज्यादा स्पीड नहीं थी, क्योंकि बारिश ही इन्नी तेज थी कि स्पीड होने का मतलब ही नहीं बनता। वो एकदम जो चौड़ी रोड के विचाले पुल आ गया ते वो कार वाले ने एकदम ब्रेक मार के गड्डी आपकी खिंच ली, तो वह पुल के बीच ही निकल गया कार वाला। जो इन्हें कार के पिछे ब्रेक मारे ड्राइवर ने, क्योंकि ड्राइवर ने मैं ये सारी स्टोरी ड्राइवर ने दसी, कहता जो मैं ब्रेक मारे जी एकदम तो मेरी गड्डी स्किड होने करके सीधी जाके पुल च वज गई। एक्चुअल कारण मेन यह बनया, पुल ना चौड़ा होने करके एक्सीडेंट होया। जे पुल पूरा चौड़ा होंगे जी, ना कार को ब्रेक मारने की लोड़ सी, ना बस को ब्रेक मारने की लोड़ सी, आपकी साइड क्यों मिली में तुरे जाते। सब तो वड्डे कारण यह मानते जी, जिहड़ियां सड़कां चौड़ियां ते पुल पीड़े आ, इहनूं तां सड़क ही पीड़ी कर लो तुसीं, उसे हिसाब नाल तां बंदा तुरिया हुंदा टप जांदा जी। एक्चुअल कारण यह बनया जी, जिहड़ा मेन मतलब एक्सीडेंट होने का कारण। टोल प्लाजा की जिम्मेवारी फिक्स होनी चाहिए सी, मैनू यह नहीं पता जी भी टोल प्लाजे वालियां की होनी चाहिए आ, बट मैनू इन्ना जरूर पता भी सड़क वालियां की बहुत वड्डी यह गलती है। तुसी रोड एड्डी चौड़ी करते हो और चौड़ी करके रोड के विचाले तुसी पुल बना लैंदे हो, या तो पुल उड़ा चौड़ा करो तो या फिर सड़क ही तुसी उड़ी चौड़ी रख लो, क्योंकि बारिश के विच दिखता नहीं जी, कोई थोड़ी दूरी तुम दिखता, एकदम कोले गया गया तो देखा है भी गड्डी सी, उन्हें नहीं ब्रेक मारे जी, एक उत्थे चिकड़ी हो जाती है जी, तुसी देखा होना उस थान के उत्ते ना मिट्टी मुट्टी की बहुत ज्यादा चिकड़ी हो जाती है, वह गड्डी के टायर ने रोड की पगड़ी नहीं की, एकदम निकल गई गड्डी जी। इस वड्डी घटना ते जो बस मालक ने बयान दिता है, तुहाडे सब दे की विचार हन, तुहानू की लगता है? डिंपी ढिल्लो वाकया ही जो कुछ बयान दिता है ठीक है, इस ते अपने विचार कमेंट बॉक्स जरूर देने करो। नवे दर्शक लोगों की आवाज़ टीवी चैनल सबसक्राइब और पेज नू फॉलो करना ना भुलना। धन्यवाद।